एवरीवन, वेलकम और वेलकम बैक टू माई चैनल। बी ए सेमेस्टर 2 पंजाबी इलैक्टिव के एकांगी रचनावां आपां कर रहे हैं, वन बाय वन टॉपिक्स नूं कवर कर रहे हैं। प्लेलिस्ट ऑलरेडी बनी हुई है, जिन्होंने चैकआउट नहीं की तो चैकआउट जरूर करो। सो अज आपां एकांगी करांगे मन दियां मन विच। तां इह एकांगी डॉक्टर हरभजन सिंह की रचना है, हरचरण सिंह की रचना है। इस एकांगी विच एकांगीकार ने अनजोड़ विआह की समस्या नूं पेश कीता है। ਅਤੇ ਇਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਿੰਡ ਹੈ, ਠੀਕ ਹੈ। ਪਿੰਡ ਦੇ ਵਿਚਕਾਰ ਇੱਕ ਢੱਠੇ ਜਿਹੇ ਘਰ ਦੇ ਵਿੱਚ ਵਿਹੜੇ ਵਿੱਚ ਨਿੰਮ ਹੇਠਾਂ ਇੱਕ 30 ਸਾਲ ਦੀ ਉੱਚੀ ਲੰਬੀ ਸੁਨੱਖੀ ਇਸਤਰੀ ਬੈਠੀ ਸੀ, ਠੀਕ ਹੈ। 30 ਸਾਲ ਦੀ, ਉਸਦਾ ਨਾਮ ਕੀ ਹੈ, ਅੰਬੋ। ਉਸਦੇ ਕੱਪੜੇ ਨਵੇਂ ਨੇ ਅਤੇ ਬੜੀ ਖੁਸ਼ ਹੈ। ਬਾਹਰੋਂ ਬੂਹਾ ਖੜਕਦਾ, 30 ਸਾਲਾਂ ਦਾ ਭਰਵਾਂ ਗੱਭਰੂ ਸ਼ੇਰੂ ਅੰਦਰ ਆਉਂਦਾ। ਕੁੜੀ ਦਾ ਨਾਮ ਹੈ ਅੰਬੋ ਅਤੇ ਮੁੰਡੇ ਦਾ ਨਾਮ ਹੈ ਸ਼ੇਰੂ। ਤਾਂ ਉਸਦੇ ਗਲ ਵਿੱਚ ਕਾਲੀ ਗੇਨੀ, ਤੇੜ ਲੱਠੇ ਦੀ ਚਾਦਰ, ਸਿਰ 'ਤੇ ਸ਼ਮੂਲੇ ਦੀ ਵਾਲੀ ਪੱਗ ਹੈ। ਸ਼ੇਰੂ ਨੂੰ ਅੰਬੋ ਬਹੁਤ ਖੂਬਸੂਰਤ ਲੱਗਦੀ ਹੈ ਅਤੇ ਉਹ ਵੀ ਖੁਸ਼ ਹੁੰਦਾ ਉਸਨੂੰ ਦੇਖ ਕੇ। ਅਤੇ ਉਹ ਕਹਿੰਦੀ ਹੈ ਕਿ ਅੱਜ ਉਸਨੇ ਉਸਨੂੰ ਪਹਿਲੀ ਵਾਰ ਖੁਸ਼ ਦੇਖਿਆ। ਅੰਬੋ ਕਹਿੰਦੀ ਹੈ ਕਿ ਉਸਨੂੰ ਦੇਖ ਕੇ ਉਸਦੀ 14 ਸਾਲਾਂ ਦੀ ਜਿਹੜੀ ਗਮੀ ਹੈ ਉਹ ਖੁਸ਼ੀ 'ਚ ਬਦਲ ਗਈ ਹੈ। ਪਹਿਲਾਂ ਤਾਂ ਕਹਿੰਦੀ ਵੀ ਮੈਂ ਨਰਕ ਹੀ ਭੋਗਦੀ ਰਹੀ ਹਾਂ। ਪੁੱਛਣ 'ਤੇ ਉਹ ਦੱਸਦੀ ਹੈ ਕਿ ਜਿਹੜੇ ਵੀ ਉਸਨੇ ਗਹਿਣੇ ਕੱਪੜੇ ਭੇਜੇ ਸੀ ਉਸਦੇ ਠੀਕ ਮੇਚ ਆ ਗਏ ਨੇ। ਤਾਂ ਮੁੰਡਾ ਸ਼ੇਰੂ ਜਿਹੜਾ ਉਸਨੂੰ ਕਹਿੰਦਾ ਕਿ ਉਸਨੂੰ ਚੇਨ ਕੜੀ ਬਣਵਾ ਕੇ ਦੇਵੇਗਾ। ਅੰਬੋ ਉਸਨੂੰ ਬੈਠਣ ਨੂੰ ਕਹਿੰਦੀ ਹੈ ਤਾਂ ਉਹ ਕਹਿੰਦਾ ਵੀ ਵਿਆਹ ਤੋਂ ਬਾਅਦ ਖੂਹ ਜਿਹੜਾ ਨਵਾਂ ਖੂਹ ਹੈ ਉਹਦੀ ਟਾਹਲੀਆਂ ਥੱਲੇ ਬੈਠਿਆ ਕਰਨਗੇ, ਟਾਹਲੀ ਛਾਵੇਂ। ਤਾਂ ਜਦੋਂ ਉਸ ਲਈ ਪੱਤਾ ਲੈ ਕੇ ਆਏਗੀ, ਪੱਤਾ ਹੁੰਦਾ ਦੁਪਹਿਰ ਦੀ ਰੋਟੀ। ਸ਼ੇਰੂ ਉਸਨੂੰ ਆਪਣੇ ਮਤਲਬ ਦੀ ਤੀਵੀਂ ਆਖਦਾ। ਅੰਬੋ ਕਹਿੰਦੀ ਹੈ ਕਿ ਕੁੜੀਆਂ ਦੇ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਹਨ, ਮਾਪੇ ਜਿਸਦੇ ਨਾਲ ਮਰਜ਼ੀ ਚਮੇੜ ਦੇਣ। ਉਸਦੇ ਮਾਪਿਆਂ ਨੇ ਉਸਨੂੰ ਸ਼ਰਾਬੀ ਕਬਾਬੀ ਦੇ ਲੜ ਲਾ ਦਿੱਤਾ, ਤਾਂ ਸ਼ੇਰੂ ਉਸਨੂੰ ਪਿਛਲਾ ਜੀਵਨ ਭੁੱਲਣ ਲਈ ਕਹਿੰਦਾ। ਅੰਬੋ ਨੂੰ ਉਹ ਉਸ ਦਿਨ ਵਾਂਗ ਖੁਸ਼ ਪ੍ਰਤੀਤ ਹੁੰਦਾ ਜਦੋਂ ਉਹ ਖੂਹ ਉੱਤੇ ਇੱਕ ਦੂਜੇ ਵੱਲ ਮੋਹੇ ਗਏ ਸਨ। ਸ਼ੇਰੂ ਦੱਸਦਾ ਕਿ ਉਸਨੇ ਉਸ ਦਿਨ ਹੀ ਉਸਦਾ ਦੁੱਖ ਕੱਟਣ ਦਾ ਫੈਸਲਾ ਕਰ ਲਿਆ ਸੀ। ਇਸ ਮੰਤਵ ਲਈ ਉਸਨੇ ਮਿੰਨਤਾਂ ਅਤੇ ਨਿਰਮਾਣਤਾ ਤੋਂ ਕੰਮ ਲੈਂਦਿਆਂ ਹੋਇਆ ਪਿੰਡ ਨੂੰ ਉਸਦੇ ਉੱਤੇ ਚਾਦਰ ਪਾਉਣ ਲਈ ਰਾਜ਼ੀ ਕਰ ਲਿਆ। ਸ਼ੇਰੂ ਨੇ ਕਿਹਾ ਕਿ ਇਸ ਤਰ੍ਹਾਂ ਕਰਦਿਆਂ ਉਸ ਨੂੰ ਦੁੱਖਾਂ ਵਿੱਚ ਸਵਾਦ ਆਇਆ। ਇੰਨੇ ਨੂੰ ਰਾਜਾ ਨਾਈ ਆ ਕੇ ਸ਼ੇਰੂ ਨੂੰ ਦੱਸਦਾ ਕਿ ਸਾਰੇ ਲੋਕ ਉਹਨਾਂ ਦੀ ਉਡੀਕ ਕਰ ਰਹੇ ਨੇ। ਅੰਬੋ ਨੇ ਇਸ ਸਮੇਂ ਬੂਹਾ ਖੜਕਣ 'ਤੇ ਸਮਝਿਆ ਕਿ ਉਸਦੀ ਨਨਾਣ ਆ ਗਈ ਅਤੇ ਉਹ ਘਾਬਰ ਗਈ, ਜਿਸ ਤੋਂ ਉਸਨੂੰ ਡਰ ਲੱਗਦਾ ਹੈ। ਸ਼ੇਰੂ ਅੰਬੋ ਨੂੰ ਕਹਿੰਦਾ ਕਿ ਉਸਨੇ ਉਸਦੇ ਘਰ ਵਿੱਚੋਂ ਕੁਛ ਨਹੀਂ ਲਿਜਾਣਾ। ਸ਼ੇਰੂ ਦੇ ਜਾਣ ਮਗਰੋਂ ਅੰਬੋ ਦਲਾਨ ਵਿੱਚ ਜਾਂਦੀ ਹੈ ਅਤੇ ਇੱਕ ਤੀਵੀਂ ਕਾਹਲੀ ਕਾਹਲੀ ਘਬਰਾਈ ਹੋਈ ਅੰਦਰ ਆਉਂਦੀ ਹੈ। ਅੰਬੋ ਘਗੜਾ ਫੜੀ ਬਾਹਰ ਨਿਕਲਦੀ ਹੈ ਅਤੇ ਆਪਣੀ ਨਨਾਣ ਦੇਖ ਕੇ ਕੰਬ ਜਾਂਦੀ ਹੈ। ਕਰਮੋ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਜਿਹੜੀ ਉਸਨੇ ਉਸਦੇ ਵਿਆਹ ਕਰਾਉਣ ਦੀ ਗੱਲ ਸੁਣੀ ਹੈ ਕੀ ਉਹ ਸੱਚ ਹੈ। ਇਹ ਸੁਣ ਕੇ ਕਰਮੋ ਉਸ ਨੂੰ ਗਾਲਾਂ ਕੱਢਣ ਲੱਗ ਜਾਂਦੀ ਹੈ। ਅੰਬੋ ਕਹਿੰਦੀ ਹੈ ਕਿ ਜਿਸ ਨੂੰ 12 ਸਾਲ ਘਰੋਂ ਨਿਕਲੇ ਨੂੰ ਹੋ ਗਏ, ਜਿਸਦਾ ਕੋਈ ਪਤਾ ਸੁਰ ਨਹੀਂ ਹੈ, ਉਸਦੇ ਪਾਣੀ ਤੋਂ ਮਰ ਚੁੱਕਿਆ। ਤਾਂ ਹੁਣ ਜਿਹੜਾ ਸ਼ੇਰੂ ਹੁੰਦਾ ਇਸ ਨੂੰ ਪਹਿਲਾਂ ਤੋਂ ਜਾਣਦਾ ਹੁੰਦਾ, ਲੇਕਿਨ ਇਹਦਾ ਕੁੜੀ ਦਾ ਵਿਆਹ ਕਿਤੇ ਹੋਰ ਹੋ ਜਾਂਦਾ। ਤਾਂ ਹੁਣ ਜਿਹੜਾ ਹੈ ਇਹ ਮੁੰਡਾ ਉਸ ਨਾਲ ਦੁਬਾਰਾ ਜਿਹੜਾ ਹੈ ਜਿੱਥੋਂ ਤੱਕ ਹੈ ਉਹ ਜਿਹੜਾ ਹੈ ਦੁਬਾਰਾ ਵਿਆਹ ਕਰਨਾ ਚਾਹੁੰਦੀ ਇਹਦੇ ਨਾਲ, ਦੋਨੋਂ ਜਣੇ ਇੱਕ ਦੂਜੇ ਨਾਲ। ਤਾਂ ਇਹਦਾ ਜਿਹੜਾ ਘਰਲਾ ਹੁੰਦਾ ਲਾਪਤਾ ਹੁੰਦਾ, 12 ਸਾਲ ਤੋਂ ਘਰੋਂ ਨਿਕਲਿਆ ਹੁੰਦਾ ਜਿਹੜੀ ਅੰਬੋ ਹੁੰਦੀ ਆ। ਕਰਮੋ ਉਸਨੂੰ ਪੁੱਛਦੀ ਹੈ ਕਿ ਉਸਨੂੰ ਕਿਹੜੀ ਗੱਲ ਦਾ ਦੁੱਖ ਹੈ। ਤਾਂ ਅੰਬੋ ਕਹਿੰਦੀ ਉਹ ਉਦੋਂ ਕਿੱਥੇ ਸੀ ਜਦੋਂ ਉਹ ਲੋਕਾਂ ਦਾ ਪੀ ਕੇ ਗੋਹਾ ਕੂੜਾ ਚੱਕ ਕੇ ਢਿੱਡ ਭਰਦੀ ਸੀ। ਕਰਮੋ ਉਸਨੂੰ ਪੁੱਛਦੀ ਹੈ ਕਿ ਉਸਨੇ ਘਰ ਕਿਸ ਨੂੰ ਲਟਾਇਆ। ਤਾਂ ਅੰਬੋ ਉੱਤਰ ਦਿੰਦੀ ਹੈ, ਪਤੀ ਨੇ ਸਾਰਾ ਘਰ ਸ਼ਰਾਬ ਦੇ ਮੂੰਹ ਉਡਾ ਦਿੱਤਾ ਸੀ। ਉੱਧਰੋਂ ਰਾਜਾ ਉਸਨੂੰ ਜਲਦੀ ਕਰਨ ਲਈ ਕਹਿੰਦਾ, ਪਰ ਕਰਮੋ ਉਸਨੂੰ ਰੋਕਣ ਦਾ ਯਤਨ ਕਰਦੀ ਹੈ ਅਤੇ ਉਸਦੀ ਕੋਈ ਪੇਸ਼ ਨਾ ਜਾਂਦੀ ਦੇਖ ਕੇ ਉਹ ਦੂਰ ਅਸੀਸਾਂ ਦਿੰਦੀ ਹੈ ਅਤੇ ਪੰਚਾਇਤ ਨੂੰ ਗਾਲਾਂ ਕੱਢਦੀ ਹੈ। ਜਦੋਂ ਅੰਬੋ ਤੁਰਨ ਲੱਗਦੀ ਹੈ ਤਾਂ ਨੰਬਰਦਾਰ ਆ ਜਾਂਦਾ, ਉਹ ਕਰਮੋ ਨੂੰ ਵਰਜਦਾ ਹੈ ਅਤੇ ਕਹਿੰਦਾ ਹੈ ਕਿ ਅੰਬੋ
ਵਰਗੀ ਭਲੀ ਮਾਨਸ ਕੁੜੀ ਕਹਿੰਦਾ ਮੈਂ ਨਹੀਂ ਦੇਖੀ ਇਹਨੇ ਨੂੰ ਸ਼ੇਰੂ ਆ ਕੇ ਸ਼ੇਰੂ ਆ ਜਾਂਦਾ ਪਰ ਨੰਬਰਦਾਰ ਉਸਨੂੰ ਚੁੱਪ ਕਰਾ ਕੇ ਕਰਮੋ ਨੂੰ ਕਹਿੰਦਾ ਕਿ ਅੰਬੋ ਦੀ ਜਿਹੜੀ ਚਾਦਰਦਾਰੀ ਹੈ ਉਹਨੂੰ ਲੈ ਚਾਦਰਦਾਰੀ ਲਈ ਜਾਣ ਦੇਵੇ। ਅਜੇ ਝਗੜਾ ਚੱਲ ਹੀ ਰਿਹਾ ਹੁੰਦਾ ਕਿ ਬਿਮਾਰੀ ਦਾ ਖਾਧਾ ਹੋਇਆ ਦਮੇ ਦਾ ਮਰੀਜ਼ ਬਣਿਆ ਹੋਇਆ ਇੱਕ ਆਦਮੀ ਅੰਦਰ ਆਉਂਦਾ। ਇਹ ਜਿਹੜਾ ਹੈ ਅੰਬੋ ਦਾ ਪਤੀ ਕਰਮਾ ਹੁੰਦਾ, ਠੀਕ ਹੈ। ਅਤੇ ਉਹ ਨੰਬਰਦਾਰ ਨੂੰ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਤਾਂ ਕਰਮੋ ਨੂੰ ਹੋ ਵੀ ਜਿਹੜਾ ਹੈ ਚੁੱਪ ਕਰਾਉਂਦਾ ਰੋਣੋ। ਅਤੇ ਉਹ ਦੱਸਦਾ ਕਿ ਅਜੇ ਉਹਦੀ ਪਰਤਣ ਦੀ ਸਲਾਹ ਨਹੀਂ ਸੀ ਪਰ ਉਹਦੀ ਬਿਮਾਰੀ ਜੋ ਕਿ ਉਸਨੂੰ ਨਸ਼ੇ ਕਰਕੇ ਲੱਗ ਗਈ ਸੀ ਵੱਧਦੀ ਹੀ ਜਾ ਰਹੀ ਹੈ, ਇਸ ਕਰਕੇ ਕਹਿੰਦਾ ਵੀ ਮੈਂ ਆ ਗਿਆ। ਸਮਾਨ ਕੋਈ ਨਹੀਂ ਸੀ ਸਗੋਂ ਤਨ ਦੇ ਮੋਟੇ ਮੋਟੇ ਕੱਪੜੇ ਹੀ ਸੀ ਜਿਹੜੇ ਮਾੜੇ ਮੋਟੇ ਪਾਏ ਹੋਏ ਸੀ। ਤਾਂ ਇਹ ਦੇਖ ਕੇ ਨੰਬਰਦਾਰ ਆਖਦਾ ਜਿਹਾ ਗਿਆ ਸੀ ਉਹ ਜਿਹਾ ਮੁੜ ਆਇਆ। ਬੁੱਤ ਬਣੇ ਅੰਬੋ ਅਤੇ ਸ਼ੇਰੂ ਇੱਕ ਦੂਜੇ ਵੱਲ ਦੇਖਦੇ ਨੇ ਅਤੇ ਅੰਬੋ ਅੰਦਰ ਚੱਲੀ ਜਾਂਦੀ ਹੈ, ਸ਼ੇਰੂ ਜਿਹੜਾ ਹੈ ਬਾਹਰ ਨਿਕਲ ਜਾਂਦਾ, ਨੰਬਰਦਾਰ ਵੀ ਚਲਾ ਜਾਂਦਾ। ਕਰਮਾ ਜਿਹੜੀ ਅੰਬੋ ਨੂੰ ਆਵਾਜ਼ ਮਾਰਦੀ ਹੈ ਅਤੇ ਕਰਮਾ ਜਿਹੜਾ ਹੈ ਅੰਬੋ ਦਾ ਨਾਮ ਸੁਣ ਕੇ ਹੈਰਾਨ ਹੁੰਦਾ ਹੈ ਕਿ ਉਹ ਹਜੇ ਜਿਉਂਦੀ ਹੀ ਹੈ, ਤਾਂ ਉਸਨੂੰ ਤਾਂ ਐਂ ਲੱਗਦਾ ਵੀ ਸ਼ਾਇਦ ਮਰ ਗਈ ਹੋਣੀ। ਕਰਮੋ ਬੂਹੇ ਵੱਲ ਝਾਤ ਮਾਰ ਕੇ ਦੌੜਦੀ ਹੈ ਅਤੇ ਕਰਮੇ ਨੂੰ ਮਦਦ ਲਈ ਪੁਕਾਰਦੀ ਹੈ। ਅੰਬੋ ਡਿੱਗ ਪੈਂਦੀ ਹੈ, ਕਰਮੋ ਉਹਦੇ ਮੂੰਹ 'ਚ ਪਾਣੀ ਪਾਉਂਦੀ ਹੈ ਅਤੇ ਕਰਮਾ ਸਮਝਦਾ ਹੈ ਕਿ ਅੰਬੋ ਮਰ ਚੁੱਕੀ ਹੈ। ਤਾਂ ਉਹ ਆਖਦਾ ਮੈਂ ਉਹ ਬਦਕਿਸਮਤ ਤਾਂ ਮੈਨੂੰ ਹੀ ਉਡੀਕਦੀ ਸੀ। ਇਸ ਪ੍ਰਕਾਰ ਇਸ ਇਕਾਂਗੀ ਦੇ ਵਿੱਚ ਇਕਾਂਗੀਕਾਰ ਨੇ ਅਨਜੋੜ ਵਿਆਹ ਜਿਹੜਾ ਕਿ ਮੈਚ ਨਹੀਂ ਹੈ ਵਿਆਹ, ਠੀਕ ਹੈ। ਕਈ ਵਾਰ ਅਨਮੈਚ ਜੋੜਾ ਹੁੰਦਾ ਤਾਂ ਜਿਹੜਾ ਅਨਜੋੜ ਵਿਆਹ ਦੇ ਦੁਖਾਂਤ ਨੂੰ ਪੇਸ਼ ਕੀਤਾ ਕਿਉਂਕਿ ਉਸਨੂੰ ਦੁੱਖ ਹੁੰਦਾ ਇੱਕਦਮ ਕਿ ਕਿਤੇ ਤਾਂ ਉਹਦਾ ਵਿਆਹ ਹੋ ਰਿਹਾ ਹੁੰਦਾ ਸ਼ੇਰੂ ਨਾਲ, ਕਿਤੇ ਜਿਹੜਾ ਹੈ ਉਸਦਾ ਪਤੀ ਵਾਪਸ ਆ ਜਾਂਦਾ, ਹੈ ਨਾ। ਅਤੇ ਉਹ ਘੱਗਰੇ 'ਚ ਪੂਰੀ ਤਿਆਰ ਹੁੰਦੀ ਹੈ, ਘੱਗਰਾ ਵਗੈਰਾ ਪਾ ਕੇ, ਨਵੇਂ ਲੀੜੇ ਗਹਿਣੇ ਪਾ ਕੇ। ਅਤੇ ਫਿਰ ਸਮੱਸਿਆ ਜਿਹੜੀ ਹੈ ਵਰਤਮਾਨ ਯੁੱਗ ਵਿੱਚ ਕਿਸੇ ਨਾ ਕਿਸੇ ਰੂਪ 'ਚ ਸਾਡੇ ਸਾਹਮਣੇ ਮੌਜੂਦ ਹੀ ਹੈ ਕਿਉਂਕਿ ਬਹੁਤ ਅਨਮੈਸ਼ਡ ਜਿਹੜੀਆਂ ਮੈਰਿਜਿਜ਼ ਹੈ ਉਹ ਹੋ ਰਹੀਆਂ ਨੇ। ਇਕਾਂਗੀਕਰ ਇਸ ਦੁਖਾਂਤ ਨੂੰ ਇਸ ਤਰ੍ਹਾਂ ਦੁਖਾਂਤ ਬਣਾ ਕੇ ਪੇਸ਼ ਕਰਦਾ ਜਿਸ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਹਰਚਰਨ ਸਿੰਘ ਜਿਹੜੇ ਹੈ ਉਹ ਇਸਤਰੀ ਦਾ ਪੱਖ ਪੂਰਦੇ ਨੇ, ਠੀਕ ਹੈ। ਸੋ ਇਹ ਸੀਗਾ ਆਪਣਾ ਇਕਾਂਗੀ ਦਾ ਵਿਸ਼ਾ ਵਸਤੂ। ਉਸ ਤੋਂ ਬਾਅਦ ਜਿਹੜਾ ਹੈ ਆਪਾਂ ਕਰਾਂਗੇ ਇਸ ਦੇ ਪਾਤਰ ਚਿੱਤਰਨ, ਠੀਕ ਹੈ। ਅੰਬੋ ਦਾ ਪਾਤਰ ਚਿੱਤਰਨ ਜਿਹੜਾ ਹੈ, ਅੰਬੋ ਇਕਾਂਗੀ ਦੀ ਮੁੱਖ ਪਾਤਰ ਹੈ, ਇੱਕ ਜਵਾਨ ਸੁਨੱਖੀ ਇਸਤਰੀ ਹੈ। 14 ਸਾਲਾਂ ਪਹਿਲਾਂ ਉਹਦਾ ਕਰਮੇ ਨਾਲ ਵਿਆਹ ਹੁੰਦਾ ਜੋ ਕਿ 2 ਸਾਲ ਬਾਅਦ ਹੀ ਸ਼ਰਾਬ ਦੇ ਮੂੰਹ ਲੱਗ ਕੇ ਜਿਹੜਾ ਸੀਗਾ ਉਜਾੜ ਹੋ ਕੇ ਘਰੋਂ ਚਲਾ ਗਿਆ। ਅਤੇ ਅੰਬੋ ਜਿਹੜੀ ਸੀ ਆਰਥਿਕ ਮਾਨਸਿਕ ਤੌਰ 'ਤੇ ਬੜੀ ਦੁਖੀ ਰਹੀ। ਤੰਗ ਤੁਰਸ਼ੀ ਦੇ ਦਿਨਾਂ ਦੇ ਵਿੱਚ ਉਹ ਲੋਕਾਂ ਦਾ ਗੋਹਾ ਕੂੜਾ ਕਰਦੀ ਰਹੀ। ਇੱਕ ਵਾਰ ਜਦੋਂ ਸ਼ੇਰੂ ਉੱਪਰ ਉਸਦੀ ਨਜ਼ਰ ਪਈ ਤਾਂ ਉਸਨੇ ਇਸ ਦੁੱਖ ਕੱਟਣ ਨੂੰ ਫੈਸਲਾ ਕੀਤਾ ਅਤੇ ਪਿੰਡ ਦੀ ਜਿਹੜੀ ਸੀਗੀ ਪੰਚਾਇਤ ਨੇ ਵੀ ਚਾਦਰਦਾਰੀ ਕਰਕੇ ਅੰਬੋ ਨੂੰ ਉਸਨੂੰ ਦੋਨਾਂ ਜਣਿਆਂ ਨੂੰ ਜਿਹੜਾ ਹੈ ਇੱਕ ਦੂਜੇ ਨਾਲ ਵਿਆਹ ਕਰਨ ਲਈ ਮਨਾ ਲਿਆ, ਠੀਕ ਹੈ। ਅੰਬੋ ਨਾਲ ਵਿਆਹ ਕਰਨ ਲਈ ਉਸਨੂੰ ਮਨਾ ਲਿਆ, ਉਸਨੇ ਪਿੰਡ ਦੀ ਪੰਚਾਇਤ ਨੂੰ ਵੀ ਮਨਾ ਲਿਆ ਅਤੇ ਜਿਹੜਾ ਹੈ ਅੰਬੋ ਨੂੰ ਵੀ ਮਨਾ ਲਿਆ। ਅੰਬੋ ਖੁਸ਼ ਸੀ, ਆਖਰ ਚਾਦਰਦਾਰੀ ਦਾ ਦਿਨ ਆ ਗਿਆ। ਪਰ ਐਨ ਮੌਕੇ 'ਤੇ ਉਸਦਾ ਪਤੀ ਕਰਮਾ ਆ ਗਿਆ ਜੋ ਕਿ ਦਮੇ ਦਾ ਮਾਰਿਆ ਹੋਇਆ ਸੀ। ਅੰਬੋ ਦੀਆਂ ਸਦਰਾਂ ਦਾ ਖੂਨ ਹੋ ਗਿਆ ਅਤੇ ਇਹ ਸਦਮਾ ਨਾ ਸਹਿੰਦੇ ਹੋਏ ਉਹ ਮਰ ਗਈ। ਤਾਂ ਉਸਦੇ ਗੁਣ ਜਿਹੜੇ ਨੇ ਤ੍ਰਿਮਤਪਨ ਦੀ ਮਾਲਕ, ਤਾਂ ਇਹ ਇੱਕ ਤ੍ਰਿਮਤ ਹੈ, ਇੱਕ ਜਵਾਨ ਤ੍ਰਿਮਤ ਵਾਲੀਆਂ ਸਾਰੀਆਂ ਸਦਰਾਂ ਰੁਚੀਆਂ ਉਸਦੇ ਮਨ 'ਚ ਸੀ। 30 ਸਾਲ ਦੀ ਹੈ ਅਤੇ ਜਦੋਂ ਸ਼ੇਰੂ ਉਸਦੀ ਸੁੰਦਰਤਾ ਦੀ ਤਾਰੀਫ ਕਰਦਾ ਹੈ ਤਾਂ ਉਹ ਸ਼ਰਮ ਮਹਿਸੂਸ ਕਰਦੀ ਹੋਈ ਆਖਦੀ ਹੈ ਬਸ ਵੀ ਕਰੇ ਐਵੇਂ ਸ਼ਰਮਿੰਦਾ ਨਾ ਕਰੀ ਜਾਓ। ਹਰ ਜਵਾਨ ਇਸਤਰੀ ਵਾਂਗੂ ਮਾਂ ਬਣਨ ਦੀ ਇੱਛਾ ਉਸਦੇ ਅੰਦਰ ਹੁੰਦੀ ਹੈ। ਤਾਂ ਜਦੋਂ ਨਿੰਮ ਦੇ ਨਿਕਲੇ ਪੱਤਿਆਂ ਦੀ ਨਵੀਂ ਗੱਲ ਕਰਦਾ ਉਹ ਸ਼ੇਰੂ, ਤਾਂ ਅੰਬੋ ਸਾਹ ਲੈ ਕੇ ਆਖਦੀ ਹੈ ਕਿ ਇਹ ਹਰ ਸਾਲ ਨਿਕਲਦੇ ਨੇ ਪਰ ਮੇਰੀਆਂ ਆਸਾਂ ਪਿਛਲੇ 14 ਸਾਲਾਂ ਵਿੱਚ ਇੱਕ ਵੀ ਵਾਰ ਨਹੀਂ ਫੁੱਟੀਆਂ, ਮਤਲਬ ਮੈਂ ਇੱਕ ਵਾਰ ਵੀ ਮਾਂ ਨਹੀਂ ਬਣੀ। ਪਿਆਰ ਦੀ ਭੁੱਖੀ ਇਸਤਰੀ ਹੈ,
ਸ਼ੇਰੂ ਨਾਲ ਚਾਦਰਦਾਰੀ ਕਰਕੇ ਉਹ ਆਪਣੀ ਆਰਥਿਕ ਮੁਸ਼ਕਲਾਂ ਵੀ ਦੂਰ ਕਰਨੀ ਚਾਹੁੰਦੀ ਹੈ ਅਤੇ ਆਪਣੀ ਪਿਆਰ ਦੀ ਜਿਹੜੀ ਭੁੱਖ ਹੈ ਉਹ ਵੀ ਪੂਰੀ ਕਰਨਾ ਚਾਹੁੰਦੀ ਹੈ। ਵਰਤਮਾਨ ਵਿਆਹ ਪ੍ਰਣਾਲੀ ਤੋਂ ਅਸੰਤੁਸ਼ਟ ਤਾਂ ਹੁਣ ਜਿਹੜਾ ਵੀ ਉਹਦਾ ਵਿਆਹ ਹੋਇਆ ਹੋਇਆ ਉਸ ਤੋਂ ਇਹ ਬਹੁਤ ਜ਼ਿਆਦਾ ਦੁਖੀ ਹੈ ਕਿਉਂਕਿ ਇੱਕ ਦਿਨ ਵੀ ਉਸਨੇ ਸਵਾਦ ਨਾਲ ਆਪਣੀ ਜ਼ਿੰਦਗੀ ਨਹੀਂ ਮਾਣੀ ਅਤੇ ਵਿਆਹ ਪ੍ਰਣਾਲੀ ਅਤੇ ਦੋਸ਼ਾਂ ਤੋਂ ਵੀ ਉਹ ਪੂਰੀ ਤਰ੍ਹਾਂ ਚੇਤੰਨ ਹੈ ਅਤੇ ਇਹ ਸ਼ੇਰੂ ਨੂੰ ਵੀ ਆਖਦੀ ਹੈ ਕਿ ਕੁੜੀਆਂ ਦੀਆਂ ਮਨ 'ਚ ਹੀ ਰਹਿ ਜਾਂਦੀਆਂ ਨੇ, ਮਾਪੇ ਜਿਹਦੇ ਨਾਲ ਮਰਜ਼ੀ ਚਮੇੜ ਦੇਣ। ਸਬਰ ਵਾਲੀ ਇਸਤਰੀ ਹੈ ਕਿਉਂਕਿ ਨਨਾਣ ਜਿਹੜੀ ਹੈ ਉਸਦੀ ਉਸਨੂੰ ਕੋਸਦੀ ਹੈ ਤਾਂ ਵੀ ਇਹ ਸਬਰ ਰੱਖਦੀ ਹੈ, ਠੀਕ ਹੈ। ਤਾਂ ਖਰੀਆਂ ਖਰੀਆਂ ਸੁਣਾਉਂਦੀ ਹੈ ਅੰਬੋ, ਇੱਕ ਖਰੀਆਂ ਖਰੀਆਂ ਸੁਣਾਉਣ ਵਾਲੀ ਇਸਤਰੀ ਹੈ, ਜਦੋਂ ਉਹਦੀ ਨਨਾਣ ਕਰਮਾ ਕੇ ਉਹਨੂੰ ਬੁਰਾ ਭਲਾ ਕਹਿੰਦੀ ਹੈ ਤਾਂ ਉਹ ਜਿਹੜੀ ਹੈ ਉਸਨੂੰ ਖਰੀਆਂ ਸੁਣਾਉਂਦੀ ਹੈ ਅਤੇ ਇਹ ਵੀ ਆਖਦੇ ਕਿ ਬੀਬੀ ਤੂੰ ਮੇਰੇ ਵਾਂਗੂ ਰੰਡੀ ਹੋਵੇਂ ਫਿਰ ਮੈਂ ਤੈਨੂੰ ਦੱਸਾਂ ਕਿ ਮੈਨੂੰ ਕਿਹੜੀ ਗੱਲ ਦਾ ਦੁੱਖ ਹੈ। ਤਾਂ ਉੱਚਿਆ ਚਰਨ ਵਾਲੀ ਹੈ, ਜਦੋਂ ਉਸਦੀ ਨਨਾਣ ਕਰਮੋ ਉਹਨੂੰ ਬੁਰਾ ਭਰਾ ਆਖਦੀ ਹੈ, ਉਸਨੂੰ ਬਦਕਾਰ ਕਹਿੰਦੀ ਹੈ, ਤਾਂ ਨੰਬਰਦਾਰ ਕਰਮੋ ਦੇ ਮੂੰਹੋਂ ਅੰਬੋ ਵਰਗੇ ਉੱਚੇ ਆਚਰਣ ਦੀ ਇਸਤਰੀ ਸੰਬੰਧੀ ਇਹ ਸ਼ਬਦ ਸੁਣ ਨਹੀਂ ਸਕਦਾ। ਇਸੇ ਕਰਕੇ ਉਹ ਕਹਿੰਦਾ ਹਰੇ ਰਾਮ, ਇਹਦੀ ਵਰਗੀ ਤਾਂ ਦੁਨੀਆ ਭਰ ਵਿੱਚ ਕੋਈ ਭਲੀ ਮਾਨਸ ਧੀ ਨਹੀਂ ਹੋਣੀ। ਸਦਮਾ ਨਾ ਸਹਿ ਸਕਣ ਵਾਲੀ, ਤਾਂ ਅੰਬੋ ਕਾਫੀ ਸਬਰ ਵਾਲੀ ਹੈ, ਹੌਸਲੇ ਵਾਲੀ ਹੈ, ਪਰ ਉਹ ਜਿਹੜੀ ਹੈ ਸਬਰ ਨਹੀਂ ਰੱਖ ਸਕਦੀ, ਉਹਨੂੰ ਸਦਮਾ ਲੱਗ ਜਾਂਦਾ। ਜਦੋਂ ਉਹ ਆਪਣਾ ਇੱਕ ਨਵਾਂ ਜੀਵਨ ਤਿਆਰ ਕਰਨ ਦੀ ਖੁਸ਼ੀ 'ਚ ਸੀ, ਤਿਆਰ ਸੀ ਬਿਲਕੁਲ, ਤਾਂ ਕਰਮੇ ਦੇ ਆਉਣ ਨਾਲ ਉਸਦੀਆਂ ਸਦਨਾਂ ਦਾ ਖੂਨ ਹੋ ਜਾਂਦਾ, ਉਸਦੇ ਮਨ ਨੂੰ ਭਾਰੀ ਸੱਟ ਵੱਜਦੀ ਹੈ, ਦਮ ਤੋੜ ਦਿੰਦੀ ਹੈ। ਸ਼ੇਰੂ ਦਾ ਚਰਿੱਤਰ ਚਿਤਰਨ ਕਰੋ ਤਾਂ ਉਹ ਜਿਹੜਾ ਹੈ ਸੁੰਦਰ ਹੈ, ਜਵਾਨ ਹੈ, ਆਪਣੀਆਂ ਮੁੱਛਾਂ ਨੂੰ ਤਾਹ ਦੇ ਕੇ ਰਹਿੰਦਾ, ਉਸਦੇ ਗਲ 'ਚ ਗਾਨੀ ਪਾਈ ਹੋਈ ਹੈ, ਤੋੜ ਜਿਹੜੀ ਹੈ ਲੱਠੇ ਦੀ ਚਾਦਰ ਬੰਨ੍ਹੀ ਹੋਈ, ਸਿਰ 'ਤੇ ਨਸਵਾਰੀ ਰੰਗ ਦੀ ਟੋਰੇ ਵਾਲੀ ਪੱਗ ਹੈ, ਅੰਬੋ ਨੂੰ ਪਿਆਰ ਕਰਦਾ, ਉਸਨੂੰ ਚਾਦਰਦਾਰੀ ਕਰਕੇ ਮਤਲਬ ਚਾਦਰ ਪਾ ਕੇ ਉਸ 'ਤੇ, ਕਿਉਂਕਿ ਉਹ ਕਿਸੇ ਹੋਰ ਦੀ ਪਤਨੀ ਹੁੰਦੀ ਹੈ ਅਤੇ ਉਹਦਾ ਘਰਲਾ ਵਾਪਸ ਨਹੀਂ ਆਉਂਦਾ, ਤਾਂ ਜਿਹੜਾ ਹੈ ਇਹ ਚਾਦਰਦਾਰੀ ਕਰਕੇ ਉਸਨੂੰ ਆਪਣੀ ਪਤਨੀ ਬਣਾਉਣ ਦਾ ਜਿਹੜਾ ਹੈ ਇੱਛਕ ਹੁੰਦਾ ਅਤੇ ਪਿੰਡ ਦੀ ਪੰਚਾਇਤ ਨੂੰ ਵੀ ਮਨਾਉਂਦਾ ਅਤੇ ਅੰਬੋ ਨੂੰ ਵੀ ਮਨਾਉਂਦਾ। ਜਿਸ ਦਿਨ ਚਾਦਰਦਾਰੀ ਦੀ ਰਸਮ ਅਦਾ ਹੋਣੀ ਹੁੰਦੀ ਹੈ ਤਾਂ ਐਨ ਟਾਈਮ ਦੇ ਉੱਤੇ ਅੰਬੋ ਦਾ ਪਤੀ ਜਿਹੜਾ ਹੈ ਕਰਮਾ ਆ ਜਾਂਦਾ ਅਤੇ ਇਸ ਕਰਕੇ ਸਦਮੇ ਨਾਲ ਅੰਬੋ ਦੀ ਮੌਤ ਹੋ ਜਾਂਦੀ ਹੈ ਅਤੇ ਉਸਦੀਆਂ ਵੀ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ। ਸੁੰਦਰਤਾ ਪ੍ਰੇਮੀ ਹੈ, ਅੰਬੋ ਦੀ ਸੁੰਦਰਤਾ ਦੇਖ ਕੇ ਉਹ ਮੋਹਿਆ ਜਾਂਦਾ, ਜਿਸ ਕਰਕੇ ਉਹ ਜਿਹੜਾ ਹੈ ਸੁੰਦਰਤਾ ਅਤੇ ਜਵਾਨੀ ਨਾਲ ਭਰਪੂਰ ਅੰਬੋ ਨੂੰ ਖੂਹ 'ਤੇ ਮਿਲਿਆ, ਜਿਸ ਕਰਕੇ ਜਿਹੜਾ ਹੈ ਉਹ ਦੁਖੀ ਦੇਖ ਕੇ ਕਿੰਨਾ ਚਿਰ ਉਸਨੂੰ ਰੋਂਦਾ ਰਿਹਾ, ਉਸਦਾ ਦਿਲ ਦੁਖੀ ਹੋ ਗਿਆ ਅਤੇ ਉਹ ਮੇਲੇ ਵੀ ਨਹੀਂ ਗਿਆ ਅਤੇ ਉਸਨੇ ਫੈਸਲਾ ਕਰ ਲਿਆ ਕਿ ਅੰਬੋ ਦਾ ਦੁੱਖ ਜ਼ਰੂਰ ਕੱਟਣਾ, ਠੀਕ ਹੈ। ਤਾਂ ਉਹ ਸੁੰਦਰਤਾ ਦੇਖ ਕੇ ਜਿਹੜਾ ਹੈਗਾ ਲਟਬੋਰਾ ਹੋ ਜਾਂਦਾ ਅਤੇ ਕਮੀਆਂ ਵਰਗੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ, ਅੰਬੋ ਦੀ ਤਾਰੀਫ ਕਰਦਾ ਸੁੰਦਰਤਾ ਦੀ, ਅਤੇ ਉਸ ਤੋਂ ਬਾਅਦ 'ਚ ਜਿਹੜਾ ਹੈ ਮਨਪਸੰਦ ਕੁੜੀ ਨਾਲ ਵਿਆਹ ਕਰਾਉਣ ਦਾ ਚਾਹਵਾਨ, ਉਹ ਮਨਪਸੰਦ ਕੁੜੀ ਦੇ ਨਾਲ ਵਿਆਹ ਕਰਨ ਦੀ ਇੱਛਾ ਰੱਖਦਾ, ਉਹ ਆਖਦਾ ਕਿ ਪਈ ਸਾਥੀ ਹੋਵੇ ਤਾਂ ਦਿਲੋਂ ਪਸੰਦ ਹੋਵੇ ਨਹੀਂ ਤਾਂ ਨਾ ਹੋਵੇ। ਸੋ ਰੱਬ ਨੇ ਸੁਣ ਲਈ ਅਤੇ ਸ਼ੇਰੂ ਦੀ ਇਹ ਸਦਰ ਜਿਹੜੀ ਸੀ ਬਚਪਨ ਤੋਂ ਸੀ, ਪਿਆਰ ਲਈ ਸਭ ਕੁਛ ਕਰਨ ਵਾਲਾ ਸ਼ੇਰੂ ਜਿਹੜਾ ਹੈ, ਪਿਆਰ ਲਈ ਸਭ ਕੁਛ ਕਰਨ ਵਾਲਾ ਜਿਹੜਾ ਸੀਗਾ ਨੌਜਵਾਨ ਸੀ, ਜਦ ਅੰਬੋ ਨੂੰ ਪਸੰਦ ਕਰ ਲਿਆ ਤਾਂ ਹਰ ਹੀਲੇ ਅੰਬੋ ਨਾਲ ਵਿਆਹ ਕਰਨ ਦੀ ਧਾਰ ਲਈ, ਸਭ ਆਕਣਾ ਛੱਡਤੀਆਂ, ਸਗੋਂ ਗਰੀਬੜਾ ਜਿਹਾ ਬਣ ਗਿਆ ਅਤੇ ਜਿਹਦੀਆਂ ਨਾ ਉਹਨੇ ਮਿੰਤੀਆਂ ਅਤੇ ਕੁਛ ਆਮਤੀਆਂ ਕੀਤੀਆਂ, ਮਤਲਬ ਹਰੇਕ ਦੀਆਂ ਜਿਹੜੀਆਂ ਸੀ ਉਸਨੇ ਮਿੰਤਾਂ ਕੀਤੀਆਂ। ਜ਼ਿੰਦਗੀ ਮਾਨਣ ਦਾ ਚਾਹਵਾਨ ਹੈ, ਅੰਬੋ ਨੂੰ ਗਹਿਣੇ ਕੱਪੜੇ ਨਾਲ ਸ਼ਿੰਗਾਰ ਕੇ ਰੱਖਣਾ ਚਾਹੁੰਦਾ, ਉਸਨੂੰ ਸੋਹਣਾ ਉਸਦੀ ਜ਼ਮੀਨ ਉਸਨੂੰ ਜਿਹੜਾ ਹੈ ਉਸਨੂੰ ਗਹਿਣੇ ਨਾਲ ਸੋਹਣਾ ਬਣਾਉਂਦਾ ਅਤੇ ਆਪਣੀ ਜ਼ਮੀਨ ਵੀ ਗਹਿਣੇ ਰੱਖਣ ਲਈ ਤਿਆਰ ਹੈ, ਹਸਮੁੱਖ ਹੈ, ਮਖੌਲੀ ਹੈ ਅਤੇ ਅੰਬੋ ਨੂੰ ਉਸਦੀ ਸੁੰਦਰਤਾ ਸਦਰਾਂ ਸੰਬੰਧੀ ਆਪਣੇ ਹਸਮੁੱਖ ਸੁਭਾਅ ਦੇ ਅਕੋਰਡਿੰਗ ਬਹੁਤ ਸਾਰੇ ਮਖੌਲ ਕਰਦਾ, ਇੱਕ ਨਿਡਰ ਨੌਜਵਾਨ ਹੈ। ਅੰਬੋ ਡਰਦੀ ਹੈ ਕਿ ਕਿਤੇ ਉਸਦੀ ਨਨਾਣ ਕਰਮੋ ਆ ਕੇ ਰੰਗ 'ਚ ਭੰਗ ਨਾ ਪਾ ਦੇ, ਤਾਂ ਸ਼ੇਰੂ ਆਖਦਾ ਆ ਜੇ ਡਰ ਮਾਰੇ ਆ ਉਹਦਾ। ਤਾਂ ਇਹ ਸੀ ਅੱਜ ਦਾ ਵੀਡੀਓ, ਆਪਾਂ ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ, ਥੈਂਕ ਯੂ ਸੋ ਮੱਚ।